ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਸਰਮਨ ਸਿੰਘ ਪਦੇਰ ਬੋਲਦਾ ਲੱਖਾਂ ਲੱਖ ਟਰੈਕਟਰ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਨੇ ਪੂਰੇ ਦੇਸ਼ ਤੇ ਪੰਜਾਬ ਦੇ ਵਿੱਚੋਂ ਹਾਂ ਜਿਹੜੇ ਬੰਦੇ 25 ਤੋਂ ਬਾਅਦ ਰਹਿ ਜਾਣ ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਆਉਣਾ ਚਾਹੀਦਾ ਕਿਉਂਕਿ ਫਿਰ ਤੁਹਾਡੇ ਕੋ ਪਹੁੰਚਿਆ ਨਹੀਂ ਜਾਣਾ 25 ਤੋਂ ਪਹਿਲੋ ਪਹਿਲੋ ਜੋ ਆ ਸਕਦੇ ਆਜੋ ਬਾਅਦ ਜਿਹੜੇ ਰਹਿ ਜਾਣ ਉਹਨਾਂ ਨੂੰ ਰਿਆ ਨੂੰ ਜਿਹੜੇ ਆਪੋ ਆਪਣੇ ਜ਼ਿਲ੍ਹੇ ਆ ਕੋਈ ਕਿਸੇ ਕਿਸਮ ਦੀ ਕਿਸੇ ਪ੍ਰੇਰ ਦੇ ਵਿੱਚ ਵਿਘਨ ਨਹੀਂ ਪਾਉਣਾ ਆਪਾਂ ਜੇੜਾ ਆਪਣਾ ਜ਼ਿਲ੍ਹੇ ਦਾ ਬਾਈਪਾਸ ਹੋ ਕੁ 50 60 100 ਕਿਲੋਮੀਟਰ ਦਾ ਆਪਾਂ ਵਿਚਾਰ ਕੇ ਰੱਖੀਏ ਮਨ ਦੇ ਵਿੱਚ ਉੱਥੇ ਅਸੀਂ ਟਰੈਕਟਰ ਓਪਰੇਟ ਕਰੀਏ ਫਿਰ ਆਪਣੇ 24 ਵਾਲੇ ਦਿਨ ਆਪਾਂ ਵੀ ਗਨਰਾਜ ਦਿਹਾੜਾ ਮਨਾਉਣਾ ਬਾਕੀ ਦਿੱਲੀ ਦੇ ਵਿੱਚ ਬਹੁਤ ਸਾਰੇ ਬੰਦੇ ਫੜੇਗੇ ਪਹਿਲਾਂ ਵੀ ਫੜੇ ਸੀ ਹੁਣ ਵੀ ਫੜੇਗੇ ਜਿਨ੍ਹਾਂ ਦੀ ਮਨਸ਼ਾ ਕਿਸਾਨ ਆਗੂਆਂ ਨੂੰ ਟਾਰਗਟ ਕਰਨਾ ਤੇ ਉਹਨਾਂ ਦੀ ਮਨਸ਼ਾ ਵੀ ਕੋਈ ਨਾ ਕੋਈ ਇਸ ਕਿਸਮ ਦਾ ਪ੍ਰੋਗਰਾਮ ਦੇ ਵਿੱਚ ਵਿਘਨ ਪਾਉਣਾ ਵਾ ਜਿਹੜੇ ਬਹੁਤ ਵੱਡੇ ਖਲਾਸੇ ਹੋ ਸਕਦੇ ਆ ਕੋਸ਼ਿਸ਼ ਕਸਮ ਦੀ ਸਮਗਰੀ ਵਰਤ ਸਕਦੇ ਆ ਜਿਹਦੇ ਨਾਲ ਲੋਕਾਂ ਦੀਆਂ ਜਾਨਾਂ ਜਾਣ ਅਸੀਂ ਪਹਿਲੋ ਕਹਿੰਦੇ ਰਹੇ ਭਾਜਪਾ ਤੇ ਆਰਸ ਇਹੋ ਜਿਹੇ ਜਮਾਤਾਂ ਨੇ ਉਹ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰ ਲਈ ਕੁਝ ਵੀ ਕਰ ਸਕਦੀਆਂ ਇਸ ਵੇਲੇ ਪੂਰੀ ਦੁਨੀਆ ਪੂਰੇ ਦੇਸ਼ਾਂ ਦੇ ਵਿੱਚ ਆਪਣੇ ਮੁਲਕ 'ਚ ਕਿਸਾਨਾਂ ਨੇ ਜਿਹੜਾ ਅੰਦੋਲਨ ਲੜਿਆ ਸਰਕਾਰ ਨੇ ਹਿੰਸਾ ਕੀਤੀ ਆ ਸਰਕਾਰ ਨੇ ਜ਼ਬਰ ਕੀਤਾ ਪਰ ਕਿਸਾਨਾਂ ਨੇ ਪੁਰਾਮਣ ਤਰੀਕੇ ਨਾਲ ਇਹਨੂੰ ਆਪਣੇ ਪਿੰਡੇ ਤੇ ਸਿਆਵਾ ਇਹ ਬਹੁਤ ਵੱਡੀ ਸਫਲਤਾ ਵਾ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਆ ਹੁਣ ਸਾਡਾ ਫਰਜ ਬਣਦਾ ਵਾ ਇਸ ਕੋਲ ਦੀ ਰਾਖੀ ਕਰੀਏ ਜਿੱਥੇ-ਜਿੱਥੇ ਅਸੀਂ ਬੈਠੇ ਆ ਆਪਣੀਆਂ ਲੋਕਲ ਕਮੇਟੀਆਂ ਬਣਾ ਕੇ ਹੁਣ ਅੱਜ ਤੋਂ ਰਾਖੀ ਤੇ ਜੋਰ ਲਈਏ ਚਾਰਛਰੇ ਬੰਦਿਆਂ ਤੇ ਨਿਗਾਹ ਰੱਖਣੀਆਂ ਰਾਖੀ ਕਰਨੀਆਂ ਕੋਈ ਸ਼ਰਾਰਤੀ ਬੰਦਾ ਅੰਦਰ ਨਹੀਂ ਵੜਨ ਦੇਣਾ ਜੜਾ ਰੂਟ ਮੈਪ ਬਣ ਗਿਆ ਉਸ ਰੂਟ ਮੈਪ ਤੇ ਲੱਖਾਂ ਟਰੈਕਟਰ ਲੈ ਕੇ ਬੜੇ ਪਰਮੰਤਰੀ ਕੇਣਾ ਅੰਦਰ ਜਾ ਕੇ ਟਰੈਕਟਰ ਪਰੇਟ ਕਰਕੇ ਉਸੇ ਤਰੀਕੇ ਨਾਲ ਵਾਪਸੀ ਕਰਨੀਆਂ ਸੋ ਇਸ ਕਰਕੇ ਭਰਾਵੋ ਇਹ ਵੱਡਾ ਅੰਦੋਲਨ ਅਸੀਂ ਕਰਨ ਕੇ ਸਫਲਤਾ ਨਾਲ ਕਰਗੇ ਸਰਕਾਰ ਦੀਆਂ ਜੜਾ ਹਿਲਾ ਦਾਂਗੇ ਇਹ ਮਤ ਸੋਚਿਓ ਕਿ ਇਹ 26 ਨੂੰ ਖਤਮ ਹੋਊਗਾ ਇਹ ਨਹੀਂ ਹੋ ਸਕਦਾ ਇਹ 26 ਤੋਂ ਅੱਗੇ ਵੀ ਚੱਲੂਗਾ ਸਾਨੂੰ ਜਦੋਂ ਆ ਰਹੇ ਹਾਂ ਦਿੱਲੀ ਵਿੱਚ ਤਿਆਰੀ ਕਰਕੇ ਆਉਣਾ ਚਾਹੀਦਾ ਤੁਹਾਨੂੰ ਬਹੁਤ ਵੱਡੇ ਟਰੈਕਟਰ ਆਉਣੇ ਆ ਦੂਰ ਤਰਾਡੇ ਖੜਨਾ ਪੈ ਸਕਦਾ ਵਾ ਆਪਣਾ ਟਰੈਕਟਰ ਤੇ ਰੋਟੀ ਪਾਣੀ ਦਾ ਜਗਾਰ ਪਾਣੀ ਦਾ ਪ੍ਰਬੰਧ ਕਰਿਏ ਤੁਹਾਨੂੰ ਸਥਾਨਕ ਲੋਕ ਕੋਈ ਘਾਟ ਨਹੀਂ ਆਉਣ ਦਿੰਦੇ ਜੋ ਸਾਨੂੰ ਯਕੀਨ ਆ ਇਸ ਕਰਕੇ ਭਰਾਓ ਜੜੀ ਸਰਕਾਰ ਨਾਲ ਕੱਲ ਗੱਲਬਾਤ ਟੁੱਟ ਗਈ ਆ ਮਾਸਾ ਨਹੀਂ ਭੜਕਣਾ ਇਦਾਂ ਚੱਲਦਾ ਹੁੰਦਾ ਦੋ ਜਮਾਤਾਂ ਲੜ ਰਹੀਆਂ ਵਾਂ ਇੱਕ ਮਲਕ ਭਾਗੋ ਵਾਲਿਆ ਇੱਕ ਭਾਈ ਲੱਲੋ ਵਾਲਿਆ ਇੱਕ ਕਾਰਪੋਰੇਟ ਘਰਾਣਿਆਂ ਦੇ ਅਕ ਵਿਚ ਖੜੇ ਆ ਇੱਕ ਦੇਸ਼ ਦੇ ਕਿਸਾਨ ਮਜ਼ਦੂਰ ਤੇ ਜਨਤਾ ਦੀ ਗੱਲ ਕਰ ਰਹੇ ਆ ਇਹ ਦੋ ਤਰ੍ਹਾਂ ਆਪੋ ਚੋਦੀ ਚਾਲਾਂ ਚੱਲਦੀਆਂ ਹੁੰਦੀਆਂ ਵਾਂ ਦਬਾਅ ਪਾਏ ਜਾਂਦੇ ਹੁੰਦੇ ਆ ਸਾਰੇ ਕੰਮਾਂ ਤੋਂ ਨਿਕਲ ਕੇ ਆਏ ਆ ਅਸੀਂ ਸਰਕਾਰ ਦੀ ਕਿਸੇ ਗਿੱਦੜ ਧਮਕਿਆਂ ਤੋਂ ਡਰਦੇ ਨਹੀਂ ਹੈ ਸਰਕਾਰ ਬਾਹ ਮਰੋੜ ਕੇ ਕਹੇ ਪੀ ਤੁਸੀਂ ਸਾਡੇ ਵਾਲੇ ਪ੍ਰਸਤਾਵ ਤੇ ਗੱਲ ਕਰੋ ਇਹ ਕਦੀ ਨਹੀਂ ਹੋ ਸਕਦਾ ਉਹ ਪ੍ਰਸਤਾਵ ਰੱਦ ਕੀਤਾ ਜਾ ਸਕਾਵਾ ਅਸੀਂ ਕਹਿੰਨੇ ਆ ਖੇਤੀ ਦੇ ਤਿੰਨ ਕਾਨੂੰਨ ਰੱਦ ਕਰਾਵਾਂਗੇ ਤੁਹਾਡੇ ਕੋ ਕਰਾਵਾਂਗੇ ਔਰ ਐਮਐਸਪੀ ਤੇ ਸਰਕਾਰੀ ਖਰੀਦ ਗਰੰਟੀ ਵਾਲਾ ਕਾਨੂੰਨ ਵੀ ਆਊਗਾ ਘਬਰਾਉਣ ਦੀ ਗੱਲ ਨਹੀਂ ਲੜਨਾ ਚਾਹੀਦਾ ਸਾਨੂੰ ਸੰਘਰਸ਼ ਦੇ ਵਿੱਚ ਸੰਘਰਸ਼ ਜਿੰਨਾ ਮਰਜ਼ੀ ਲੰਮਾ ਹੋ ਜਾਏ ਇਹਦੇ ਰੂਪ ਜਿਹੜੇ ਮਰਜ਼ੀ ਹੋਣ ਅੰਦੋਲਨ ਨਹੀਂ ਛੱਡਦੇ ਸਰਕਾਰ ਨੂੰ ਦਿਨੇ ਤਾਰੇ ਵਿਖਾ ਲਾਂਗੇ ਕਬਰਾਹਟ ਤੇ ਬਖਲਾਹਟ ਨਹੀਂ ਆਉਣੀ ਚਾਹੀਦੀ ਨੌਜਵਾਨਾਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਸਰਕਾਰ ਅੰਦੋਲਨ ਦੇ ਅੰਦਰ ਸ਼ਰਾਰਤ ਕਰਉਣਾ ਚਾਹੁੰਦੀ ਆ ਅਸੀਂ ਇਹਨਾਂ ਦੇ ਇਹੋ ਜੇ ਕੰਮਾਂ ਨੂੰ ਕਾਮਯਾਬ ਨਹੀਂ ਹੋਤਨਾ ਤੇ 26 ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਕਰਕੇ ਸਰਕਾਰ ਦੇ ਸਾਰੇ ਮਨਸੂਬੇ ਫੇਲ ਕਰਕੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਬਹਿੰਡਾ ਸਰਗਰਮੀ ਦੇ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ Ate, like ro.